ਜ਼ਿਮਨੀ ਚੋਣਾਂ ਲਈ ਜ਼ੋਰਦਾਰ ਚੋਣ ਪ੍ਰਚਾਰ ਹੋ ਰਿਹਾ ਹੈ। ਪੰਜਾਬ 'ਚ ਚਾਰ ਹਲਕਿਆਂ ਅੰਦਰ ਜ਼ਿੰਦਾਬਾਦ ਮੁਰਦਾਬਾਦ ਹੋ ਰਹੀ ਹੈ। ਦਾਖਾਂ 'ਚ ਵੀ ਸਾਰੇ ਉਮੀਦਵਾਰਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਆਪੋ ਆਪਣੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪਾਰਟੀ ਆਗੂ ਵੀ ਚੋਣ ਪ੍ਰਚਾਰ 'ਚ ਜੁਟ ਗਏ ਨੇ। ਦਾਖਾਂ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ ਲਈ ਚੋਣ ਪ੍ਰਚਾਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ, ਜਿੱਥੇ ਉਹਨਾਂ ਨੇ ਪਿੰਡ ਪਿੰਡ ਜਾ ਕੇ ਮਨਪ੍ਰੀਤ ਇਆਲੀ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਕਈ ਐਮਐਲਏ ਤਾਂ ਕੋਈ ਆਉਂਦੇ ਨੀ, ਮੰਗਣ ਹੀ ਨੀ ਆਉਂਦੇ। ਜਿਹੜਾ ਕੁਛ ਮੰਗਣ ਹੀ ਨਾ ਆਏ ਤਾਂ ਫਿਰ ਦਊਗਾ ਕੌਣ? ਤੂੰ ਬੱਚਾ ਰਹੂਗਾ ਨਾ ਦੁੱਧ ਕਿਵੇਂ ਪਊਗਾ? ਮਨਪ੍ਰੀਤ, ਮੈਂ ਤੈਨੂੰ ਇੱਕ ਦੱਸਾਂ, ਤੁਸੀਂ ਖੁਸ਼ਕਿਸਮਤ ਹੋ, ਤੁਸੀਂ ਖੁਸ਼ਕਿਸਮਤ ਹੋ, ਇੱਕ ਐਜਾ ਪੜ੍ਹਿਆ ਲਿਖਿਆ ਉਮੀਦਵਾਰ ਮਿਲਿਆ ਜਿਹਦਾ ਸੁਪਨਾ ਕਿਵੇਂ ਹਲਕੇ ਨੂੰ ਸੋਹਣਾ ਬਣਾਉਣਾ। ਨਹੀਂ ਤਾਂ ਐਮਐਲਏ ਬਹੁਤ ਆਉਂਦੇ ਆ, ਪਿਛਲੇ 70 ਸਾਲ ਤੇ ਤੁਸੀਂ ਕਿੰਨੇ ਐਮਐਲਏ ਤੁਸੀਂ ਦੇਖੇ ਆ? ਐਮਐਲਏ ਆਏ, ਕੰਸਲਟ ਪਾਏ, ਚਲੇ ਗਏ, ਦੂਜੇ ਆ ਗਏ। ਪਰ ਕੋਈ ਇੱਕ ਇਨਸਾਨ ਜਿਹਨੇ ਥੋੜੀ ਜ਼ਿੰਦਗੀ 'ਚ ਕੁਛ ਬਦਲਾਅ ਲਿਆਂਦਾ, ਉਹ ਸੋਚੋ ਕੌਣ ਹੈ? ਅੱਜ ਸ਼ਾਮ ਨੂੰ ਜੋ ਪਿੰਡ ਵਾਲੇ ਬੀਬੀਆਂ ਮਾਈਆਂ ਪਾਰਕਾਂ ਸੈਰ ਕਰਦੀਆਂ, ਪਿੰਡਾਂ 'ਚ ਪਹਿਲੇ ਸੈਰ ਕਰਨ ਤੋਂ ਕੋਈ ਜਾ ਨਹੀਂ ਸਕਦਾ ਸੀ, ਉਹ ਇਨਸਾਨ ਕੌਣ ਹੈ ਜਿਹਨੇ ਇੰਨੇ ਵਧੀਆ ਸਫਾਈ ਸਫਾਈ ਸੀਵੇ ਸਿਸਟਮ ਸਾਰਾ ਪਿੰਡਾਂ ਦਾ ਸਿਸਟਮ ਸੈੱਟ? ਇਆਲੀ ਦੇ ਹੱਕ 'ਚ ਚੋਣ ਪ੍ਰਚਾਰ ਕਰਨਗੇ ਸੁਖਬੀਰ ਬਾਦਲ ਨੇ ਦਾਖਾਂ ਤੋਂ ਕਾਂਗਰਸ ਦੇ ਉਮੀਦਵਾਰ ਸੰਦੀਪ ਸੰਧੂ ਅਤੇ ਕਾਂਗਰਸ ਦੇ ਰੱਜ ਕੇ ਵਰੇ। ਸੁਖਬੀਰ ਬਾਦਲ ਨੇ ਇਹ ਤੱਕ ਕਹਿ ਦਿੱਤਾ ਕਿ ਕਾਂਗਰਸ ਦੇ ਇਸ ਬਾਹਰੀ ਉਮੀਦਵਾਰ ਨੂੰ ਦਾਖਾਂ ਦੇ ਪਿੰਡਾਂ ਦੇ ਨਾਂ ਵੀ ਨਹੀਂ ਪਤਾ ਹੋਣੇ। ਯਾਰ ਦੇਖੋ, ਇੱਕ ਪਾਸੇ ਤੁਹਾਡਾ ਆਪਣਾ ਪਰਿਵਾਰ ਦਾ ਮੈਂਬਰ ਤੁਹਾਡੇ ਇੱਥੋਂ ਰਹਿਣ ਵਾਲਾ, ਤੁਹਾਡਾ ਚਾਚਾ, ਤੁਹਾਡੇ ਸਾਰਿਆਂ ਨਾਲ ਥੋੜੀ ਰਿਸ਼ਤੇਦਾਰੀ, ਦੋਸਤੀ। ਮੈਨੂੰ ਤਾਂ, ਮੈਂ ਤੁਹਾਨੂੰ ਸਹੀ ਦੱਸਾਂ, ਜਦੋਂ ਆਹ ਪਿਛਲੀ ਵਾਰ ਇਲੈਕਸ਼ਨ ਹਾਰਿਆ ਮੈਨੂੰ ਧੁੱਖ ਲੱਗਿਆ ਸੀ। ਮੈਂ ਕਿਹਾ ਇੰਨੇ ਕੰਮ ਕੀਤੇ ਆ, ਅਸੀਂ ਮਿਸਾਲ ਸੀ ਪੰਜਾਬ, ਅਸੀਂ ਜਦੋਂ ਲਿਸਟ ਬਣਾਉਂਦੇ ਹੁੰਦੇ ਸੀ ਨਾ, ਕਿਹੜੇ ਬੰਦੇ ਦਾ ਪੱਕੇ ਚੇਤਣਗੇ ਇਆਲੀ ਦਾ ਨਾਮ ਹੁੰਦਾ ਸੀ ਉਹਦੇ 'ਚ। ਮੈਨੂੰ ਆਪ ਬੜਾ ਦੁੱਖ ਲੱਗਿਆ, ਇੰਨੇ ਕੰਮ ਕੀਤੇ, ਇੰਨੇ ਕੰਮ ਕੀਤੇ। ਉਦੋਂ ਮਤਲਬ ਬਾਹਰ ਬੈਠੇ ਲੋਕੀ ਥੋੜੇ ਹੋਰ ਦਿਮਾਗ ਚੜ ਗਿਆ ਸੀ ਉਧਰ ਵੀ। ਕੋਈ ਦੇਖੋ, ਔਰ ਤੁਸੀਂ ਲੱਕੀ ਹੋ, ਇੱਕ ਐਜਾ ਇਨਸਾਨ ਜਿਹੜੇ ਜਿਹਦੇ ਮਨ 'ਚ 24 ਘੰਟੇ ਆਹੀ ਚੱਲਦਾ, ਮੈਂ ਆਪਣਾ ਹਲਕਾ ਸੋਹਣਾ ਬਣਾਉਣਾ। ਬਹੁਤ ਘੱਟ ਐਜੇ ਲੀਡਰ ਹੁੰਦੇ ਆ ਜਿਹੜੇ, ਜਿਹਦੇ ਇੰਨਾ ਜਜ਼ਬਾ ਹੋਏ। ਤੋ ਇਸ ਕਰਕੇ ਆਹ ਜਿਹੜਾ ਇਲੈਕਸ਼ਨ ਹੈ 21 ਤਰੀਕ ਹੈ, ਜਾਂ ਸਬਕ ਸਿਖਾ ਦਿਓ ਕਾਂਗਰਸ ਨੂੰ, ਸੁੱਤੇ ਹੋਏ ਕੈਪਟਨ ਨੂੰ ਜਗਾ ਲਓ, ਸੁੱਤੇ ਹੋਏ ਕੈਪਟਨ ਨੂੰ ਜਗਾ ਦਿਓ, ਤੇ ਤੁਸੀਂ ਜਗਾ ਸਕਦੇ ਹੋ। ਹਵਾ ਬਦਲ ਸਕਦੇ ਹੋ, ਤਸਵੀਰ ਪੰਜਾਬ ਦੀ ਬਦਲ ਸਕਦੇ ਹੋ। ਇਹ ਹੰਕਾਰੀ ਰਾਜੇ ਜਿਹੜਾ ਸੁੱਤਾ ਹੈ ਰਾਜਾ, 2.5 ਸਾਲ ਹੋ ਗਏ ਸੁੱਤੇ ਪਏ ਨੂੰ, ਇਹ ਸੁੱਤੇ ਨੂੰ ਜਗਾ ਸਕਦੇ ਹੋ। ਦਾਖਾ ਹਲਕੇ ਤੋਂ ਜਮਾਨਤ ਜ਼ਬਤ ਕਰਾਓ ਕਾਂਗਰਸ ਦੀ, ਜਿਹੜੀ ਪੰਥ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ, ਜਿਹੜੀ ਸਭ ਤੋਂ ਮਾੜੀ ਪਾਰਟੀ ਦੇਸ਼ ਦੀ, ਅੱਜ ਹਿੰਦੁਸਤਾਨ ਵਿੱਚ ਕਾਂਗਰਸ ਖਤਮ ਹੋ ਗਈ ਹੈ, ਤੇ ਸਭ ਤੋਂ ਵੱਧ ਧੱਕਾ, ਸਭ ਤੋਂ ਵੱਧ ਜ਼ੁਲਮ ਕਾਂਗਰਸ ਨੇ ਪੂਰੇ ਹਿੰਦੁਸਤਾਨ 'ਚ ਆਪਣੀ ਕੌਮ 'ਤੇ ਕੀਤਾ ਹੈ, ਅਤੇ ਹਾਲੇ ਪੰਜਾਬ 'ਚ ਜਾ ਕੇ ਜਾਂਦੀ ਰਹੇ, ਇਹ ਤੋਂ ਮਾੜੀ ਗੱਲ ਨਹੀਂ ਹੋ ਸਕਦੀ। ਆਹ ਮੌਕੇ ਨੱਪ ਦਿਓ ਅਤੇ ਖਤਮ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਤੋਤਾ ਸਿੰਘ, ਮਹੇਸ਼ ਇੰਦਰ ਗਰੇਵਾਲ ਅਤੇ ਵਿਰਸਾ ਸਿੰਘ ਵਲਟੋਹਾ ਵੀ ਮੌਜੂਦ ਸਨ।
ਇਸ ਮੌਕੇ ਅਕਾਲੀ ਦਲ ਦੇ ਵਰਕਰਾਂ ਚ ਭਾਰੀ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਸੀ। ਮੇਰੇ ਕੋਲ 11 ਪਿੰਡਾਂ ਦੀ ਹੈਗਾ ਜਿਹੜੇ ਮੇਰੇ ਜੂਨ 'ਚ ਆ, ਅਸੀਂ ਇਹ 11 ਪਿੰਡਾਂ 'ਚੋਂ ਯਾਨੀ ਸਾਨੂੰ ਅੱਗੇ ਵੀ ਲੀਡ ਦਿੰਦੇ ਨੇ, ਪਰ ਇਹਦੇ ਅੱਗੇ ਨੂੰ ਵੀ ਬਹੁਤ ਜ਼ਿਆਦਾ ਲੀਡਰ ਅਸੀਂ ਜਿਤਾ ਕੇ ਭੇਜਾਂਗੇ। 100% ਜਿਹੜੀ ਸਾਡਾ ਇੱਧਰ ਹੋਏ ਬਹੁਤ ਜ਼ੋਰ ਲੱਗਿਆ ਹੈ ਵੀ ਅਸੀਂ ਇਹਦੇ ਨੂੰ ਜਿਤਾ ਕੇ ਭੇਜਾਂਗੇ ਇਸ ਜੂਨ 'ਚ। ਅਕਾਲੀ ਦਲ ਦੀ ਕਰਦੇ ਹਾਂ ਅਤੇ ਮਨਪ੍ਰੀਤ ਜਾਜੀ ਸਾਹਿਬ ਨੇ ਇਲਾਕੇ ਦਾ ਬਹੁਤ ਜ਼ਿਆਦਾ ਵਿਕਾਸ ਕਰਾਇਆ, ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਐਫਐਮ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਜ਼ੋਰ ਹੈ, ਮਨਪ੍ਰੀਤ ਜਾਜੀ ਦੇ ਨਾਲ ਸਾਰੇ ਨਗਰ ਸਾਰੀ ਸੰਗਤ ਬਹੁਤ ਦਿਲੋਂ ਚਾਹੁੰਦੀ ਹੈ ਕਿ ਸਾਨੂੰ ਵਿਕਾਸ ਕਰਨ ਵਾਲਾ ਜਿਹੜਾ ਵਿਅਕਤੀ ਅਸੀਂ ਉਹਦੀ ਚੋਣ ਕਰਾਂਗੇ ਜੀ। ਅਤੇ ਕਾਂਗਰਸ ਦਾ ਜਿਹੜਾ ਉਮੀਦਵਾਰ ਉਹ ਤਾਂ ਪੈਰਾਸ਼ੂਟਰਾਂ ਹੀ ਆਇਆ ਜੀ, ਫੂਲਕਾ ਸਾਹਿਬ ਭੱਜ ਗਏ ਸੀਗੇ। ਲੋਕਾਂ ਨੂੰ ਸਾਰਾ ਪਤਾ ਸੀ ਬਾਹਰ ਦਾ ਉਮੀਦਵਾਰ ਆ ਜਿਹੜਾ ਇੱਥੇ ਕੋਈ ਵਿਕਾਸ ਨਹੀਂ ਕਰੂਗਾ, ਨਾ ਉਹਨੇ ਇੱਥੇ ਰਹਿਣਾ, ਨਾ ਉਹ ਸਾਡੇ ਨਗਰਾਂ ਨੂੰ ਜਾਣਦਾ, ਨਾ ਸਾਡੇ ਲੋਕਾਂ ਨੂੰ ਜਾਣਦਾ, ਉਹ ਸਾਡੇ ਦੁੱਖ ਦੀ ਤੁਹਾਨੂੰ ਸਮਝ ਨਹੀਂ ਸਕਦੇ ਜੀ। ਵਿਕਾਸ ਤਾਂ ਬਹੁਤ ਦੂਰ ਦੀ ਗੱਲ ਆ, ਬਾਕੀ ਕਾਂਗਰਸ 'ਤੇ ਕੋਈ ਵੀ ਯਕੀਨ ਕਰਨ ਨੂੰ ਤਿਆਰ ਨਹੀਂ ਆ, ਕਿਉਂਕਿ ਇਹਨਾਂ ਤਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਏ। ਇਹ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ 'ਚ ਚੋਣਾਂ ਪੰਜਾਬ 'ਚ ਤਿਉਹਾਰਾਂ ਵਾਂਗ ਮਨਾਈਆਂ ਜਾਂਦੀਆਂ ਨੇ ਅਤੇ ਸਿਆਸਤਦਾਨਾਂ ਦੇ ਪਿੱਛੇ ਲੱਗ ਕੇ ਲੋਕ ਆਪਣਾ ਝੁੱਗਾ ਚੌੜ ਕਰਾ ਲੈਂਦੇ ਨੇ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਵੋਟਾਂ ਲੈ ਕੇ ਸਿਆਸਤਦਾਨ ਮੁੜ 5 ਸਾਲ ਆਪਣਾ ਪੱਲਾ ਨਹੀਂ ਫੜਾਉਂਦੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।